ਸਥਾਨਕ ਭਗਵਾਨਪੁਰਾ ਸ਼ੂਗਰ ਮਿੱਲ ਵੱਲ ਗੰਨਾ ਕਾਸ਼ਤਕਾਰਾਂ ਦੀ ਫਸੀ ਕਰੋੜਾਂ ਰੁਪਿਆਂ ਦੀ ਰਾਸ਼ੀ ਨੂੰ ਲੈ ਕੇ ਫਿਲਹਾਲ ਕਿਸਾਨਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਇਸ ਮਾਮਲੇ ਵਿੱਚ ਭਗਵਾਨਪੁਰਾ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਨੇ ਸਥਾਨਕ ਅਦਾਲਤ ਵਿੱਚ ਕੁਰਕੀ ਦੇ ਹੁਕਮਾਂ ਖਿਲਾਫ ਸਟੇਅ ਲੈ ਲਈ ਹੈ। ਇਸ ਮੌਕੇ ਅੱਜ ਕਿਸਾਨਾਂ ਨੇ ਕੋਰਟ ਕੰਪਲੈਕਸ ਧੂਰੀ ਵਿਖੇ ਰੋਸ ਪ੍ਰਗਟ ਕਰਦਿਆਂ ਇਹ ਮੰਗ ਕੀਤੀ ਹੈ ਕਿ ਗੰਨਾ ਕਾਸ਼ਤਕਾਰਾਂ ਦੀ ਕਰੋੜਾਂ ਰੁਪਿਆਂ ਦੀ ਰਾਸ਼ੀ ਦੀ ਅਦਾਇਗੀ ਜਲਦ ਕੀਤੀ ਜਾਵੇ। 27 ਕਰੋੜ ਰੁਪਏ ਪਿਛਲੇ ਸਾਲ ਦਾ ਬਕਾਇਆ ਸੀ, ਜਿਹੜਾ ਇਹ ਸੀਜ਼ਨ ਚੱਲਣ ਤੋਂ ਬਾਅਦ ਦਿੱਤਾ ਗਿਆ। 98 ਕਰੋੜ ਇਹ ਸਾਲ ਦਾ ਇਕੱਠਾ ਹੋ ਗਿਆ ਸੀਗਾ, ਜਿਹੜਾ ਮਤਲਬ ਸੰਘਰਸ਼ ਕਰਕੇ ਇਹ ਤੋਂ ਲੈ ਕੇ ਅੱਜ ਵੀ 36 ਕਰੋੜ ਰੁਪਏ ਖੜਿਆ। ਸਰਕਾਰ ਨਾਲ ਵਾਅਦੇ ਕੀਤੇ, ਸਰਕਾਰ ਨੇ ਸਭ ਕੁਝ ਕਰਤੇ, ਸਰਕਾਰ ਤਾਂ ਇੱਥੇ ਅੱਖਾਂ ਮਿੱਟੀ ਬੈਠੀ ਹੈ ਕਿ ਉਹ ਕਹਿੰਦੇ ਵੀ ਅਸੀਂ ਫਸਲਾਂ ਬਦਲਣੀਆਂ ਨੇ, ਪਾਣੀ ਦਾ ਬਚਾਓ ਕਰਨਾ, ਜੇ ਗੰਨਾ ਬੀਜਿਆ ਜਾਵੇ ਤਾਂ ਸਾਨੂੰ ਜੀਰੀ ਲਾਉਣ ਦੀ ਲੋੜ ਨਹੀਂ ਹੈਗੀ, ਜੀਰੀ ਲੱਗੂ ਪਾਣੀ ਦੀ ਲੋੜ ਘੱਟ ਪਊਗੀ। ਸਰਕਾਰ ਤਾਂ ਇਸ ਪਾਸੇ ਧਿਆਨ ਨਹੀਂ ਕਰਦੀ। ਇਹ ਸਾਡੀ ਮੰਗ ਹੈ ਵੀ ਸਰਕਾਰ ਇਸ ਪਾਸੇ ਕਿਸਾਨਾਂ ਦੇ ਪੈਸੇ ਦਵਾਵੇ, ਕਿਸਾਨ ਗੰਨਾ ਬੀਜਣਗੇ, ਕਿਸਾਨਾਂ ਦਾ ਮਤਲਬ ਜਿਹੜਾ ਹੈਗਾ ਫਸਲ ਆਪਣੇ ਆਪ ਬਦਲ ਜਾਊ, ਨਾ ਸਾਨੂੰ ਪਰਾਲੀ ਫੂਕਣ ਦੀ ਲੋੜ ਹੈ ਨਾ ਚੱਕਣ ਦੀ ਲੋੜ ਹੈ। ਐਵੇਂ ਆ ਵੀ ਜਿੰਨੇ ਅਸੀਂ ਸੰਘਰਸ਼ ਕਰੇ ਉਹ ਸਾਰੇ ਬੇਸਿੱਟਾ ਰਹੇ। 6 ਦਿਨ ਅਸੀਂ ਬੱਬਨਪੁਰ ਨਹਿਰ 'ਤੇ ਧਰਨਾ ਲਾਇਆ, ਉਦੋਂ ਸਾਡੇ ਨਾਲ ਇਹਨਾਂ ਨੇ ਵਿਸ਼ਵਾਸ ਦਿਵਾਇਆ, SDM ਸਾਹਿਬ ਅਤੇ ਇੱਥੋਂ ਦੇ MLA ਸਾਹਿਬ ਨੇ 1.5 ਕਰੋੜ ਰੁਪਈਆ ਸਾਡੇ ਨਾਲ ਲਿਖਤੀ 'ਚ ਇਹਨਾਂ ਨੇ ਸਾਨੂੰ ਦਿੱਤਾ ਵੀ 1.5 ਕਰੋੜ ਅਸੀਂ ਡੇਲਾ ਹੀ ਪਾਇਆ ਕਰਾਂਗੇ। ਉਹ 3-4 ਦਿਨ ਪਾਉਣ ਤੋਂ ਬਾਅਦ ਇਹ ਭੱਜ ਗਏ, ਉਹ ਤੋਂ ਮੁੱਕਰ ਗਏ। ਉਹ ਤੋਂ ਮੁੱਕਰੇ ਤਾਂ ਅਸੀਂ ਦੁਬਾਰਾ ਸੰਘਰਸ਼ ਸੰਗਰੂਰ ਰੋਡ 'ਤੇ ਫੇਰ ਕਰਿਆ, ਫਿਰ ਅਸੀਂ 19 ਦਿਨ ਬੈਠੇ, 20ਵੇਂ ਦਿਨ ਅਸੀਂ SDM ਸਾਹਿਬ ਦੇ ਦਫ਼ਤਰ ਦਾ ਘਿਰਾਓ ਕੀਤਾ, ਟੈਂਕੀ 'ਤੇ ਚੜ੍ਹੇ 4 ਬੰਦੇ ਅਤੇ ਉੱਥੇ ਫਿਰ ਸਾਡੇ ਨਾਲ ਪ੍ਰਸ਼ਾਸਨ ਨੇ ਸਮਝੌਤਾ ਕਰਾਤਾ DC ਸਾਹਿਬ ਨੇ ਵੀ ਇਹ 12.6 ਕਰੋੜ ਇੱਕ, 25 ਕਰੋੜ 1 ਅਤੇ 40 ਲੱਖ ਡੇਲੀ। 15 ਅਪ੍ਰੈਲ ਤੋਂ ਪਹਿਲਾਂ ਸਾਰੀ ਪੇਮੈਂਟ ਕਿਸਾਨਾਂ ਦੇ ਖਾਤਿਆਂ 'ਚ ਹੋਊਗੀ, ਉਸ ਤੋਂ ਵੀ ਭੱਜ ਗਏ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇੱਕ ਸਮਝੌਤਾ ਸਾਡੇ ਨਾਲ ਫੇਰ ਕਰਾਤਾ, ਜਿਹੜੇ ਜਿਨ੍ਹਾਂ ਨੇ ਸਾਨੂੰ 90 ਲੱਖ ਕਿਹਾ ਵੀ ਰੋਜ਼ ਪਾਇਆ ਕਰਾਂਗੇ, ਵੀ 80 ਲੱਖ ਤਾਂ ਪਾਇਆ ਹੀ ਪਾਇਆ ਕਰਾਂਗੇ, ਹੁਣ 90 ਪਾਇਆ ਕਰਾਂਗੇ। ਅਸੀਂ ਕਹਿੰਦੇ ਸਾਨੂੰ 80 ਪਾਇਆ 90 ਕਰਾਂਗੇ, ਉਹਦੇ 'ਚੋਂ ਵੀ ਇਹ ਭੱਜ ਗਏ। ਸਾਨੂੰ ਮਤਲਬ 80 ਕਿਹੜਾ ਪਾਉਣਾ ਸੀ, ਉਹ ਵੀ 50 'ਤੇ ਆ ਗਏ, 40 'ਤੇ ਆ ਗਏ, ਕਦੇ 50 ਵੀ ਨਹੀਂ ਪਾਉਂਦੇ। ਸੋ ਮੇਰੀ ਬੇਨਤੀ ਆ, ਫਿਰ ਸਾਨੂੰ ਕਿਸਾਨਾਂ ਨੂੰ ਆਸ ਵਧੀ ਸੀ ਜਦੋਂ ਇੱਕ ਸਟੇਅ ਆਈ ਆ ਵੀ ਸ਼ਾਇਦ ਸਟੇਅ ਦੇ ਡਰ ਤੋਂ ਇਹ ਕਿਸਾਨਾਂ ਦਾ ਪੈਸਾ ਦੇ ਦੇਣਗੇ, ਵੀ ਨਿਲਾਮੀ ਨਾਲ ਇਹਨਾਂ ਨੂੰ ਕਿਸਾਨਾਂ ਨੂੰ ਆਸ ਵਧੀ ਸੀ ਵੀ ਪੇਮੈਂਟ ਦੇ ਦੇਣਗੇ। ਪਰ ਪਤਾ ਨਹੀਂ ਮਾਨਯੋਗ ਜੱਜ ਸਾਹਿਬ ਨੇ ਕੀ ਸੋਚ ਕੇ ਇਹਨਾਂ ਨੂੰ ਨਿਲਾਮੀ ਦੇ ਉੱਤੇ ਵੀ ਸਟੇਅ ਦੇ ਦਿੱਤੀ। ਉਹ ਸਟੇਅ ਦਾ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਇਹਦੇ ਵਿੱਚ ਬੜਾ ਭਾਰੀ ਰੋਸ ਪਾਇਆ ਕਿਸਾਨਾਂ 'ਚ। ਕਿਸਾਨ ਅੱਜ ਇਕੱਠੇ ਹੋਏ ਨੇ ਸੈਂਕੜਿਆਂ ਦੀ ਗਿਣਤੀ 'ਚ ਜੱਜ ਸਾਹਿਬ ਨੂੰ ਬੇਨਤੀ ਕਰਨ ਲਈ ਵੀ ਇਹ ਮਸਲੇ ਨੂੰ ਵਿਚਾਰਿਆ ਜਾਵੇ, ਕਿਸਾਨਾਂ ਦਾ ਪੈਸਾ ਦਵਾਇਆ ਜਾਵੇ। ਇਹ ਤਾਂ ਚੋਰ ਨੇ ਜੀ ਬਹੁਤ ਵੱਡੇ, ਇਹਨਾਂ ਨੂੰ ਇਹਨਾਂ ਦੇ ਗਲ 'ਚ ਅੰਗੂਠਾ ਦੇ ਕੇ ਜਿੰਨੇ ਵਾਰੀ ਇਹ ਮੁੱਕਰੇ ਨੇ। ਸਾਨੂੰ ਤਾਂ ਥੋੜ੍ਹਾ ਜਿਹਾ ਖਾਲਸਾ ਐਵੇਂ ਆ ਵੀ ਪ੍ਰਸ਼ਾਸਨ ਨਾਲ ਰਲਿਆ ਹੋਇਆ, ਜਿਹੜੀਆਂ ਗੱਲਾਂ ਕਿਸਾਨਾਂ ਨਾਲ ਹੋ ਰਹੀਆਂ ਨੇ ਇਹ ਪ੍ਰਸ਼ਾਸਨ ਨਾਲ ਰਲ ਕੇ ਕਰਾ ਰਿਹਾ। ਸਾਨੂੰ SDM ਸਾਹਿਬ ਮਤਲਬ ਜੇ ਮਿਲਦਿਆਂ ਤਾਂ SDM ਸਾਹਿਬ ਵੀ ਸਾਨੂੰ ਮੰਨ ਲਓ ਕੋਈ ਬੜਾ ਵਧੀਆ ਨਹੀਂ ਰਿਸਪੌਂਸ ਦਿੰਦੇ, ਸਾਨੂੰ ਸਮਕਾ ਘੂਰਦੇ ਨੇ। ਕਿਸਾਨ ਨੂੰ ਅੰਦਰ ਵਾੜ ਕੇ ਘੂਰਿਆ ਜਾਂਦਾ, ਕਿਉਂ ਵੀ ਉਹ ਆਪਦਾ ਹੱਕ ਮੰਗਦੇ ਨੇ। ਯਾਰ ਕਿਸਾਨਾਂ ਦਾ ਹਾਲਤ ਦਾ ਦੇਖ ਲਓ ਵੀ ਹੈ ਨਾ, ਇਹ ਕਰੋੜਾਂ ਰੁਪਈਆ ਦੱਬੀ ਬੈਠੇ ਨੇ, ਤੁਸੀਂ ਉਹਨਾਂ ਨੂੰ ਤਾਂ ਚਾਹ ਪਿਆਉਂਦੇ ਹੋ ਅੰਦਰ, ਕਿਸਾਨ ਜੇ ਤੁਹਾਡੇ ਕੋਲ ਅੰਦਰ ਜਾਂਦਾ ਉਹਨੂੰ ਘੂਰਦੇ ਹੋ। ਸੋ ਮੇਰੀ ਬੇਨਤੀ ਆ ਜੱਜ ਸਾਹਿਬ ਨੂੰ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਕਿਸਾਨਾਂ ਦਾ ਪੈਸਾ ਦਵਾਇਆ ਜਾਵੇ। ਭਗਵਾਨਪੁਰਾ ਸ਼ੂਗਰ ਮਿੱਲ ਹੈ ਜੋ 1956 ਤੋਂ ਇਹ ਚੱਲੀ 'ਤੇ ਆ ਰਹੀ ਸੀ, ਪਹਿਲਾਂ ਜ਼ਿਮੀਂਦਾਰਾਂ ਨੂੰ ਇਹ ਬਦਲਾਓ ਦੀ ਕੀਤੀ ਸੀ, ਸੁਝਾਓ ਨੂੰ ਦਿੱਤੀ ਸੀ, ਪਰ ਇਹ ਸ਼ੂਗਰ ਮਿੱਲ ਨੇ ਅੱਜ ਦੇ ਹਾਲਾਤਾਂ 'ਚ ਜ਼ਿਮੀਂਦਾਰ ਨੂੰ ਬਹੁਤ ਖਤਰੇ ਦੀ ਘੰਟੀ ਦੇ ਵਿੱਚ ਖੜਾ ਦਿੱਤਾ। ਪਿਛਲੇ ਲੰਮੇ ਸਮੇਂ ਤੋਂ ਅਸੀਂ ਰੋੜਾਂ ਰੋਕੀਆਂ, ਰੋੜਾਂ ਰੋਕਣ ਕਰਕੇ ਕੁਛ ਨਾ ਕੁਛ ਸਾਡਾ ਪੈਸਾ ਪਿਆ। ਫਿਰ ਉਦੋਂ ਬਾਅਦ ਲੋਕ ਸਭਾ ਦੀ ਚੋਣ ਆ ਗਈ, ਉਹਦੇ ਵਿੱਚ ਅਸੀਂ ਸਰਕਾਰ ਦਾ ਪੂਰਾ ਡਟ ਕੇ ਵਿਰੋਧ ਕੀਤਾ, ਤਾਂ ਕੇਵਲ ਸਿੰਘ ਢਿੱਲੋਂ ਨੇ ਵਿੱਚ ਪੈ ਕੇ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ। ਉਦੋਂ ਸਾਨੂੰ ਆਸ ਵੱਜੀ ਕੁਛ, ਜਦੋਂ ਸਾਨੂੰ ਪਟਿਆਲੇ PM ਸਾਹਿਬ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡੀ ਛੇਤੀ ਉਹ ਪੇਮੈਂਟ ਪਵਾਈ ਜਾਊਗੀ, ਪਰ ਕੁਛ ਥੋੜ੍ਹਾ ਟਾਈਮ ਪੈਂਦੀ ਰਹੀ। ਅੱਜ ਆ ਕੇ ਪਿਛਲੇ 26 ਤਰੀਕ ਤੋਂ ਕੋਰਟ ਦੇ ਵਿੱਚ ਇਹਨਾਂ ਨੇ ਸ਼ੂਗਰ ਮਿੱਲ ਨੇ ਕੇਸ ਪਾਤਾ ਇੱਕ ਵੀ ਸਰਕਾਰ ਜਿਹੜੀ ਸਾਡੀ ਨਿਲਾਮੀ ਕਰ ਰਹੀ ਹੈ ਵੀ ਉਹ ਸਾਡੀ ਨਿਲਾਮੀ ਨਾ ਕੀਤੀ ਜਾਵੇ। ਮਾਨਯੋਗ ਅਦਾਲਤ ਨੇ ਉਹ ਪੱਖਾਂ ਨੂੰ ਦੇਖ ਕੇ ਪਤਾ ਨਹੀਂ ਜਾਂ ਤਾਂ ਮਾਲ ਮਹਿਕਮੇ ਵੱਲੋਂ ਕੁਛ ਉਹ 'ਚ ਢਿੱਲ ਰਹੀ ਵੀ ਉਹਨਾਂ ਨੂੰ ਸਟੇਅ ਦੇ ਦਿੱਤੀ। ਅੱਜ 10 ਤਰੀਕ ਹੋ ਚੁੱਕੀ, ਅਸੀਂ ਜ਼ਿਮੀਂਦਾਰ ਇਕੱਠੇ ਹੋ ਕੇ ਜੱਜ ਸਾਹਿਬ ਨੂੰ ਬੇਨਤੀ ਕਰਨ ਆਏ ਹਾਂ ਵੀ ਜੱਜ ਸਾਹਿਬ ਜ਼ਿਮੀਂਦਾਰਾਂ ਦਾ ਪੱਖ ਦੇਖ ਕੇ ਹਾਲਾਤ ਮਾੜੇ ਨੇ ਵੀ ਜਿਹੜੀ ਪੇਮੈਂਟ ਆ ਸਾਰੀ ਉਹ ਸਣੇ ਵਿਆਜ ਦਵਾਈ ਜਾਵੇ ਸ਼ੂਗਰ ਮਿੱਲ ਵਾਲੇ। ਮਤਲਬ ਆ ਜੀ ਵੀ ਇਹਨਾਂ ਨੇ ਮਥਿਆ ਵੀ ਅਸੀਂ ਪੈਸੇ ਦੇਣੇ ਨਹੀਂ, ਸਾਨੂੰ ਕੁਛ ਫਰਕ ਕਰਨਾ,
ਅਸੀਂ ਮਥਿਆ ਵੀ ਅਸੀਂ ਪੈਸੇ ਲੈਣੇ ਆ ਬਸ ਇਹਦਾ ਕਾਰਨ ਬੇਨ ਤਾਂ ਇਹੀ ਆ ਕਿ ਸਰਕਾਰ ਆ ਜਿਹੜੀ ਉਹ ਮਤਲਬ ਕਿਸਾਨਾਂ ਸਾਥ ਨਹੀਂ ਦੇ ਰਹੀ ਕਿਸਾਨਾਂ ਨੂੰ ਲਿਜਾ ਰਹੀ ਆ ਪ੍ਰਸ਼ਾਸਨ ਵੀ ਕਿਸਾਨਾਂ ਸਾਥ ਨਹੀਂ ਦੇ ਰਿਹਾ ਕਿਉਂਕਿ ਕਈ ਵਾਰ ਸਾਡੇ ਨਾਲ ਵਾਅਦੇ ਕਰੇ ਸਾਡੇ ਨਾਲ ਪਹਿਲਾਂ ਵਾਅਦਾ ਕਰਿਆ ਵੀ ਅਸੀਂ 1.5 ਕਰੋੜ ਰੁਪਇਆ ਡੇਲੀ ਪਾਇਆ ਕਰਾਂਗੇ ਉਦੋਂ ਕਿਸਾਨ ਭੱਜ ਗਿਆ ਫਿਰ ਦੁਬਾਰਾ ਇਹਨੇ ਵਾਅਦਾ ਕਰਿਆ ਵੀ ਅਸੀਂ ਕਰੋੜ ਪਾਇਆ ਕਰਾਂਗੇ ਫਿਰ 80 ਲੱਖ ਦਾ ਵਾਅਦਾ ਕਰਿਆ 80 ਲੱਖ ਵੀ ਪਾਉਣੋਂ ਹਟ ਗਏ ਹੁਣ ਇਹ ਮਤਲਬ ਸਾਰਾ ਕੁਝ ਕਰਾ ਕੇ ਬਹੁਤ ਲੰਬੇ ਸੰਘਰਸ਼ 'ਚ ਕਿਸਾਨ ਲੰਘੇ ਆ ਅਤੇ ਕਿਸਾਨਾਂ ਦਾ ਨੁਕਸਾਨ ਵੀ ਬੜਾ ਹੋਇਆ ਆਰਥਿਕ ਤੌਰ 'ਤੇ ਵੀ ਹੋਰ ਵੀ ਅਤੇ ਹੁਣ ਇਹਨਾਂ ਨੇ ਕੋਰਟ ਦਾ ਸਹਾਰਾ ਲਿਆ ਕੋਰਟ ਆਪਣੇ ਮਾਨਜੋ ਕੋਰਟ ਦੇ ਵਿੱਚ ਆਇਆ ਇੱਥੋਂ ਇਹ ਛੁੱਟੀਆਂ ਵਿੱਚ ਵੀ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਬੁਲਾਇਆ ਵੀ ਨਹੀਂ ਗਿਆ ਅਤੇ ਪਤਾ ਨਹੀਂ ਕਿਸ ਤਰ੍ਹਾਂ ਇਹ ਸਟੇ ਰਹਿ ਗਏ ਸਟੇ ਇਹਨਾਂ ਨੇ ਲੈ ਲਈ ਅਤੇ 50 ਲੱਖ ਡੇਲੀ ਰੁਪਈਆ ਪਾਉਣ ਦੀ ਜਿਹੜਾ ਸਭ ਇਹਨਾਂ ਨੇ ਲਿਖ ਕੇ ਦਿੱਤਾ ਪਰ ਸਾਡਾ ਤਾਂ ਅਸੀਂ ਤਾਂ ਪੈਸੇ ਲੈਣੇ ਆ 24 ਘੰਟੇ ਦਾ ਅੰਦਰ ਜੋ ਕਾਨੂੰਨ ਬਣਿਆ ਅਤੇ ਉਸ ਤੋਂ ਬਾਅਦ ਉਹਨੂੰ ਵਿਆਜ ਦੇਣ ਦਾ ਹੱਕ ਬਣਦਾ ਇਹਨਾਂ ਦਾ ਇਹਨਾਂ ਨੇ ਅੱਜ ਤੱਕ ਕਿਸਾਨਾਂ ਨੂੰ ਵਿਆਜ ਨਹੀਂ ਦਿੱਤਾ ਇਹਨਾਂ ਨੇ ਕਿਸਾਨਾਂ ਨੂੰ ਸਮੇਂ 'ਤੇ ਪੈਸਾ ਨਹੀਂ ਦਿੱਤਾ ਇਹਨਾਂ ਨੇ ਕਿਸਾਨਾਂ ਨੂੰ ਖੱਜਲ ਖੁਆਰ ਕਰਿਆ ਔਰ ਵੀ ਡਰਾਇਆ ਧਮਕਾਇਆ ਇਹਨਾਂ ਨੇ ਆਪਦੇ ਹਰੀਲੇ ਵਰਤੇ ਨੇ ਪਰ ਹੁਣ ਕਿਸਾਨ ਆ ਜਿਹੜੇ ਇਕੱਠੇ ਹੋ ਕੇ ਸਾਰੇ ਕੋਰਟ 'ਚ ਆਏ ਆ ਇੱਥੇ ਅੱਜ ਤਰੀਕ ਸੀ ਸਟੇ ਦੀ ਅਤੇ ਅਸੀਂ ਤਾਂ ਸਭ ਨੂੰ ਵਕੀਲ ਰਾਹੀਂ ਬੇਨਤੀ ਕਰਾਂਗੇ ਸਾਰੇ ਇੱਥੇ ਜਿਹੜੇ ਬੈਠੇ ਆ ਵੀ ਅਸੀਂ ਜਿਹੜੀ ਇਹਨਾਂ ਨੂੰ ਸਟੇ ਨਾ ਦਿੱਤੀ ਜਾਵੇ ਇਹਨਾਂ ਦੇ ਪੈਸੇ ਪਵਾਏ ਜਾਣ ਫਿਰ ਇਹਨਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਪੈਸੇ ਸਾਡੇ ਬਹੁਤ ਲੇਟ ਨੇ ਜਿਹੜੀ 24 ਘੰਟੇ ਪੈਣੇ ਸੀ 48 ਘੰਟੇ ਪੈਣੇ ਸੀ ਉਹ 15 ਦਿਨਾਂ 'ਚ ਪੈਣੇ ਸਣੇ ਵਿਆਜ ਉਹ ਅੱਜ ਕਈ ਮਹੀਨੇ ਮਤਲਬ ਲੇਟ ਹੋ ਗਏ ਕਿਸਾਨ ਮਰ ਰਿਹਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਅਤੇ ਇਹ ਲੋਕ ਜਿਹੜੇ ਸਿਰਫ ਪੀੜ ਕੇ ਗੰਨਾ ਖੰਡ ਵੇਚਦੇ ਨੇ ਇਹ ਅਰਬਾਂ ਖਰਬਾਂ ਪਤੀ ਨੇ ਜਿਹੜਾ ਕਿਸਾਨ ਗੰਨਾ ਪੈਦਾ ਕਰਦਾ ਉਹ ਭੁੱਖਾ ਮਰ ਰਿਹਾ ਆਤਮ ਹੱਤਿਆ ਕਰ ਰਿਹਾ ਇਹ ਬਹੁਤ ਵੱਡਾ ਪਾੜਾ ਇਹ ਪਾੜੇ ਨੂੰ ਸਮਝਣ ਵਾਸਤੇ ਨਾ ਤਾਂ ਸਰਕਾਰ ਹੀ ਕੋਈ ਕਮਿਸ਼ਨ ਬਹਾ ਰਹੀ ਆ ਅਤੇ ਨਾ ਹੀ ਕੋਈ ਪ੍ਰਸ਼ਾਸਨ ਅਤੇ ਨਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮਤਲਬ ਜ਼ਿਮੀਂਦਾਰ ਨੂੰ ਮਰਨ ਤੋਂ ਬਚਾਉਣ ਲਈ ਕੋਈ ਵੀ ਨਹੀਂ ਅੱਗੇ ਆ ਰਿਹਾ ਸੋ ਹੁਣ ਜ਼ਿਮੀਂਦਾਰ ਆਪ ਇਕੱਠੇ ਹੋ ਕੇ ਆਪਣਾ ਥੀ ਆਪਣਾ ਆਪੇ ਗਾਹ ਸਵਾਰੀ ਹੈ ਗੁਰੂਆਂ ਨੂੰ ਹੁਕਮ ਦਿੱਤਾ ਉਸ ਤਰ੍ਹਾਂ ਹੁਣ ਆਪਣੇ ਸਾਰਾ ਆਏ ਨੇ ਅੱਗੇ ਅਸੀਂ ਕੋਰਟ ਸਾਹਿਬ ਮਾਨਵ ਜੱਜ ਸਾਹਿਬ ਨੂੰ ਬੇਨਤੀ ਹੀ ਕਰਦੇ ਹਾਂ ਅਤੇ ਵੀ ਜੋ ਆ ਗੱਲ ਬਿਲਕੁਲ ਸਹੀ ਸੁਣ ਕੇ ਕਿਸਾਨਾਂ ਪੱਖ ਸੁਣਿਆ ਜਾਵੇ ਅਤੇ ਇਹਨਾਂ ਜਿਹੜੀ ਸਟੇ ਉਹ ਤੋੜੀ ਜਾਵੇ ਪਹਿਲਾਂ ਪੈਸੇ ਪਵਾਏ ਜਾਣ ਫਿਰ ਅਗਲੀ ਗੱਲ